ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਦਾਸ ਚੌਂਕੀ ਤਬਲਾ ਮੇਕਰ ਨਵੀਂ ਦਿੱਲੀ ਤੋਂ ਆਪ ਜੀ ਦੇ ਰੂਹ ਰੂਹ ਆਇਆ। ਸਪੈਸ਼ਲ ਤਬਲੇ ਲੈ ਕੇ ਜੋ ਸਾਡੇ ਪੁਰਾਤਨ ਧਾਮੇ ਦੇ ਨਾਲ ਸਾਡੇ ਵੀਰ ਜੀ ਨਾਸਿਕ ਤੋਂ ਆਏ ਨੇ, ਸੋਨੀ ਭਾਜੀ ਤੇ ਸਾਡੇ ਅੰਕਲ ਜੀ ਸਾਡੇ ਪੱਛਮ ਵਿਹਾਰ ਤੋਂ ਤੇ ਭਾਜੀ ਦੇ ਭਾਜੇ ਨੇ ਤੇ ਭਾਜੀ ਮੈਨੂੰ ਕੁਛ ਆਰਡਰ ਦੇ ਕੇ ਗਏ ਸੀ ਤੇ ਮੈਂ ਭਾਜੀ ਦੇ ਮੁਤਾਬਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤਬਲੇ ਦਾ ਸਾਊਂਡ ਸੁਣੋ। 5:30 ਚ ਦੂਸਰਾ ਕਾਲਾ ਬੈਲੈਂਸ ਸ਼ਾਹੀ ਦਾ ਹਿੱਟ ਦਾ ਕਿਨਾਰ ਦਾ ਰੈਜੀਨੈਂਸ ਕੁਆਲਿਟੀ ਠੀਕ ਹੈ। 5:45 ਦਾ ਪਹਿਲਾ ਕਲਾ ਸਪੈਸ਼ਲ ਦਾ ਸੋਨੀ ਭਾਜੀ ਕਿੱਦਾਂ ਲੱਗਾ? ਤੁਹਾਡੇ ਮੁਤਾਬਿਕ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਬਲੇ ਤੁਹਾਡੇ ਸਾਹਮਣੇ ਹੁਣੇ ਲਾਸਟ ਟਿਊਨਿੰਗ ਤੁਹਾਡੇ ਸਾਹਮਣੇ ਖਿੱਚੀ ਲਗਾਈ ਮੈਂ। ਇਹ ਤੁਹਾਡਾ ਕੀ ਐਕਸਪੀਰੀਅੰਸ ਹੈ? ਕਾਫੀ ਜਗ੍ਹਾ ਤੋਂ ਤੁਸੀਂ ਤਬਲੇ ਬਣਵਾਏ ਨੇ, ਆਜ ਤੁਸੀਂ ਦਾਸ ਦੀ ਦੁਕਾਨ ਤੇ ਆਏ ਹੋ, ਕਿੱਦਾਂ ਲੱਗ ਰਿਹਾ? ਪਹਿਲੇ ਗੱਲ ਤਾਂ ਮੈਂ ਅਜੀ ਸਤਿਕਾਰ ਸਾਡੇ ਗੁਰੂ ਜੀ ਪੰਡਿਤ ਰਮਾਕਾਂਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹ ਜੀ ਵਾਹ, ਜਿਨ੍ਹਾਂ ਨੇ ਸਾਨੂੰ ਸਿਖਾਇਆ ਹੋਇਆ ਵਾਹ ਜੀ ਵਾਹ, ਕਿਹੜੇ ਕਿਹੜੇ ਤਾਲ ਵਜਾਣੇ, ਕਿਉਂਕਿ ਦੁੰਗੂ ਦੁੰਗੀ ਤਾਲਾਂ ਵਜਾਣਾ ਬੜੀਆਂ ਔਖੀਆਂ ਨੇ। 12 ਮਾਤਰਾ, 10 ਮਾਤਰਾ, 64 ਮਾਤਰਾ, 32 ਮਾਤਰਾ, ਆਪਦੇ ਕੋਲ ਕੋਈ ਸੁਣਦਾ ਨਹੀਂ ਜੀ। ਬਾਹਰ ਜਾਈਏ ਤਾਂ ਕੋਈ ਘੱਟ ਵੱਧ ਸੁਣਦੇ ਨੇ, ਜੇ ਇੰਡੀਆ ਆਈਏ ਜੇ ਕਹੀਏ ਤਾਂ ਫਿਰ ਉੱਥੇ ਰੁਖਾ ਦਿੰਦੇ ਤਾਂ ਅਗਲਾ ਕਹਿੰਦਾ ਬਾਬਾ ਕੀ ਵਜਾ ਰਿਹਾ, ਪੌਣਾ ਘੰਟਾ ਕੋ ਤੁਸੀਂ ਆਪਦੇ ਪੌਣੇ ਘੰਟੇ ਦਾ ਉਬਲਾਂ ਪਾ ਕੇ ਤੁਸੀਂ ਤਿਆਰ ਕਰੀ ਜਾ ਰਹੇ ਹੋ। ਤਾਂ ਸੰਗੀਤ ਇੱਕ ਐਸੀ ਚੀਜ਼ ਹੈ ਸਾਨੂੰ ਗੁਰੂ ਨਾਲ ਰੱਬ ਨਾਲ ਜੋੜਦਾ ਹੈ। ਇਹ ਦੇਖੋ ਸਾਜ ਬਣਾਉਂਦੇ ਹਾਂ ਆਪਾਂ, ਗੁਰੂ ਘਰ ਦਾ ਕੀਰਤਨੀ ਆ, ਗੁਰੂ ਘਰ ਦੇ ਵਿੱਚ ਹਾਜ਼ਰ ਵਰਦਾਨਾ ਦੇ 10 ਵਾਲੀ ਬਾਜੀ ਲੱਗਦੀ ਹੈ। ਇਹ ਸੁਣੀ ਭਾਜੀ ਤੁਹਾਨੂੰ ਮੇਰਾ ਕੰਮ ਕਿਹੋ ਜਿਹਾ ਲੱਗਾ ਥੋੜ੍ਹਾ ਜਿਹਾ ਦੱਸੋ, ਥੋੜ੍ਹਾ ਤਬਲਾ ਵਜਾ ਕੇ ਸੁਣਾਓ। ਮੈਨੂੰ ਤਾਂ ਤੁਹਾਡਾ ਬਹੁਤ ਪਸੰਦ, ਕੰਮ ਵੀ ਬਹੁਤ ਪਸੰਦ ਆਇਆ ਅਤੇ ਜੋ ਮੈਂ ਕੁਛ ਸਿੱਖਿਆ ਹੋਇਆ ਆਪਣੇ ਉਸਤਾਦ ਜੀ ਕੋਲੋਂ, ਮੈਂ ਕੁਛ ਨਾ ਕੁਛ ਤੁਹਾਨੂੰ ਸੁਣਾਉਂਗਾ। ਪਹਿਲੇ 3 ਤਾਲ ਆਪਾਂ ਸੁਣਾਵਾਂਗੇ ਆਪਾਂ। ਠੀਕ ਹੈ ਜੀ, ਸੁਣਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।